ਜਿੱਦਾਂ ਸਾਡਾ ਬੱਚਾ ਤਰਫ ਤੜ ਕੇ ਮਰਿਆ ਤੇ ਉਹ ਤਰਫ ਤੜ ਕੇ ਮਰ ਗਿਆ ਬਸ। ਕਹਿਣਾ ਚਾਹੁੰਦੀ ਬਸ ਜੋ ਸਾਡੇ ਬੱਚੇ ਨਾਲ ਵਾਪਰ ਗਈ ਬਸ ਉਹਨਾਂ ਨੂੰ ਉਹੀ ਸਜ਼ਾ ਬਸ ਅਸੀਂ ਇਹੀ ਮੰਗ ਕਰਦੇ ਹਾਂ ਉਹਨਾਂ ਨੂੰ ਇਹੀ ਸਜ਼ਾ ਵੱਧ ਤੋਂ ਵੱਧ ਸਜ਼ਾ ਦਿੱਤੀ ਹੈ ਬਸ ਹੋਰ ਕੁਛ ਨਹੀਂ ਕਹਿੰਦਾ। ਜਦੋਂ ਪਹਿਲੇ ਦਿਨ ਤੁਹਾਡੇ ਨਾਲ ਗੱਲ ਹੋਈ ਸੀ ਉਦੋਂ ਤੁਸੀਂ ਵੀ ਆਈ ਕਹਿ ਰਹੇ ਸੀ ਕਿ ਯਕੀਨ ਨਹੀਂ ਹੋ ਸਕਦਾ ਇੱਦਾਂ ਨਹੀਂ ਹੋ ਸਕਦਾ ਕਿ ਤਾਇਆ ਜੀ ਨਾਲ ਲੈ ਕੇ ਜਾਣ ਔਰ ਅਜਿਹਾ ਹੋ ਜਾਏ। ਮੈਨੂੰ ਵਿਸ਼ਵਾਸ ਸੀ ਬਸ ਉਹਨਾਂ ਨੇ ਸਾਡਾ ਵਿਸ਼ਵਾਸ ਤੋੜਿਆ ਹੁਣ ਇਸ ਤੋਂ ਬਾਅਦ ਮੈਂ ਕੁਛ ਨਹੀਂ ਕਹਿ ਸਕਦੀ ਬਸ। ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਤੁਸੀਂ ਇਹ ਵੀ ਕਿਹਾ ਕਿ ਮੇਰੇ ਕੋਲ ਲਿਆ ਦੋ ਮੈਂ ਸਜ਼ਾ ਆਪ ਦਵਾਂਗਾ। ਹਾਂ ਇਸ ਤਰ੍ਹਾਂ ਦੀ ਸਜ਼ਾ ਜਿੱਦਾਂ ਸਾਡਾ ਬੱਚਾ ਤਰਫ ਤੜ ਕੇ ਮਰਿਆ ਤੇ ਉਹ ਤਰਫ ਤੜ ਕੇ ਮਰਨ ਬਸ ਇਸ ਤੋਂ ਬਾਅਦ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ। ਤੁਹਾਡੇ ਲਈ ਕੋਈ ਮੈਸੇਜ ਆਇਆ ਜੇ ਚ ਕੋਈ ਕਿ ਮਿਲਣਾ ਚਾਹੁੰਦੇ ਨੇ ਇੱਕ ਵਾਰੀ ਪਰਿਵਾਰ ਨੂੰ ਪੁੱਛਿਆ ਤੁਸੀਂ ਆਪ ਜਾਂ ਮਿਲੇ ਹੋ ਕੋਈ ਨਹੀਂ ਅਸੀਂ ਨਹੀਂ ਮਿਲੇ ਉਹਨਾਂ ਨੂੰ ਪੁੱਛਿਆ ਵੀ ਇਦਾਂ ਕਿਉਂ ਉਹਨਾਂ ਨੇ ਕੀਤਾ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਦਿਮਾਗੀ ਤੌਰ ਤੋਂ ਪਰੇਸ਼ਾਨ ਰਹਿੰਦੇ ਸੀ। ਨਹੀਂ ਉਹ ਬਿਲਕੁਲ ਸਹੀ ਸੀਗੇ ਉਹਨਾਂ ਨੂੰ ਕੋਈ ਦਿਮਾਗੀ ਪ੍ਰੋਬਲਮ ਨਹੀਂ ਸੀ ਕੁਝ ਨਹੀਂ ਸੀਗਾ ਉਹਨਾਂ ਦਿਮਾਗੀ ਤੌਰ ਤੋਂ ਪਰੇਸ਼ਾਨ ਨਹੀਂ। ਕਹਿੰਦੇ ਪਛਤਾਵਾ ਮੈਨੂੰ ਜ਼ਰੂਰ ਹੈਗਾ ਪਰ ਬੱਚਾ ਅਚਾਨਕ ਡਿੱਗ ਗਿਆ ਬਾਈਕ ਤੋਂ ਇਦਾਂ ਦੀ ਗੱਲਾਂ ਕਰਦੇ ਹਲੇ ਵੀ ਇਹ ਤਾਂ ਉਹ ਜਾਣਨ ਜਾਂ ਵਾਹਿਗੁਰੂ ਜਾਣਦਾ ਸੱਚੇ ਪਾਤਸ਼ਾਹ ਕੀ ਹੋਇਆ ਸਾਨੂੰ ਕੁਛ ਨਹੀਂ ਪਤਾ। ਤੁਸੀਂ ਪਰਿਵਾਰ ਨੂੰ ਕਿਸ ਤਰ੍ਹਾਂ ਸਪੋਰਟ ਕਰੋਗੇ ਹੁਣ ਤੁਸੀਂ ਪਰਿਵਾਰ ਨੂੰ ਕਿਸ ਤਰ੍ਹਾਂ ਨਾਲ ਹੈਗੇ ਹੋ? ਅਸੀਂ ਪਰਿਵਾਰ ਦੇ ਨਾਲ ਹਰ ਦਮ 24 ਘੰਟੇ ਆਪਣੇ ਸਵਾਸ ਸਵਾਸ ਅਸੀਂ ਪਰਿਵਾਰ ਦੇ ਨਾਲ ਸਾਡਾ ਪਹਿਲਾਂ ਵੀ ਅਸੀਂ ਨਾਲ ਹੀ ਸੀ ਹੁਣ ਵੀ ਸਾਡਾ ਪਰਿਵਾਰ ਆਪਣਾ ਹੈ ਅਸੀਂ ਪਰਿਵਾਰ ਤੋਂ ਦੂਰ ਨਹੀਂ ਹੈਗੇ ਪਰਿਵਾਰ ਸਾਡਾ ਆਪਣਾ ਅਸੀਂ ਉਹਨਾਂ ਨਾਲ 24 ਘੰਟੇ ਕਿ ਜਿੰਨਾ ਚਿਰ ਸਾਡਾ ਸਵਾਸ ਹੈ ਉਹਨਾਂ ਚਿਰ ਅਸੀਂ ਨਾਲ ਹਾਂ ਬਸ। ਤਾਈ ਜੀ ਨੇ ਜਿਨ੍ਹਾਂ ਦੇ ਹਸਬੈਂਡ ਵੱਲੋਂ ਜਿਹੜਾ ਬੱਚੇ ਨੂੰ ਮਾਰਿਆ ਗਿਆ ਸੀ ਪਰ ਅੱਜ ਵੀ ਪਰਿਵਾਰ ਕਹਿ ਰਿਹਾ ਕਿ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਖ਼ਤ ਤੋਂ ਸਖ਼ਤ ਸਜ਼ਾ ਜਿਹੜੀ ਆ ਹੋਣੀ ਚਾਹੀਦੀ ਆ। ਸੋ ਤਸਵੀਰਾਂ ਘਰ ਦੇ ਤੁਹਾਨੂੰ ਦਿਖਾ ਰਹੇ ਹਾਂ ਅੱਜ ਅੰਤਿਮ ਅਰਦਾਸ ਰੱਖੀ ਗਈ ਹੈ ਘਰਦਿਆਂ ਵੱਲੋਂ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਖ਼ਤ ਤੋਂ ਸਖ਼ਤ ਸਜ਼ਾ ਜਿਹੜੀ ਆ ਹੋਣੀ ਚਾਹੀਦੀ ਆ। ਸੋ ਤਸਵੀਰਾਂ ਘਰ ਦੇ ਤੁਹਾਨੂੰ ਦਿਖਾ ਰਹੇ ਹਾਂ ਅੱਜ ਅੰਤਿਮ ਅਰਦਾਸ ਰੱਖੀ ਗਈ ਹੈ ਘਰਦਿਆਂ ਵੱਲੋਂ ਅੱਖਾਂ ਦੇ ਵਿੱਚ ਅੱਥਰੂ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।